ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਸੀਂ ਗੁਲਾਮ ਬੰਦੇ ਹਾਂ, ਨਾ ਕੱਢਾ ਸਾਡਾ ਦੇਸ਼ ਹੈ, ਨਾ ਸਾਡਾ ਘਰ ਹੈ। ਜਦੋਂ ਮਰਜ਼ੀ ਸਾਨੂੰ ਫੜ ਲੈਂਦੇ ਆ, ਸਾਡੀਆਂ ਭੈਣਾਂ ਨੂੰ ਫੜ ਲੈਂਦੇ ਆ, ਸਾਡੀਆਂ ਧੀਆਂ ਨੂੰ ਫੜ ਲੈਂਦੇ ਆ, ਸਾਡੀਆਂ ਮਾਵਾਂ ਨੂੰ ਫੜ ਲੈਂਦੇ ਆ, ਸਾਡੇ ਸੋਮੇ ਖੋਹ ਲੈਂਦੇ ਆ, ਕਿਸਾਨਾਂ ਨੂੰ 700 ਨੂੰ ਗੋਲੀਆਂ ਮਾਰ ਦਿੰਦੇ ਆ, ਅਤੇ ਕਦੇ ਹਰਿਆਣੇ ਦਾ ਰਸਤਾ ਰੋਕ ਦਿੰਦੇ ਆ, ਕਦੇ ਪਾਣੀ ਖੋਹ ਲੈਂਦੇ ਆ, ਕਦੇ ਹੈਡਬਸ ਖੋਹ ਲੈਂਦੇ ਆ, ਕਦੇ ਚੰਡੀਗੜ੍ਹ ਖੋਹ ਲੈਂਦੇ ਆ, ਕਦੇ ਆਨੰਦ ਮਿਰਜ਼ਾ ਖੋਹ ਲੈ। ਗੁਲਾਮ ਬੰਦੇ ਹਾਂ। ਅੱਜ ਅਸੀਂ ਸਾਨੂੰ ਹਾਊਸ ਅਰੈਸਟ ਕਰਕੇ ਲੈ ਆਏ ਹੈ। ਵਜ੍ਹਾ ਕੀ ਹੈ? ਮੈਨੂੰ ਸਰਕਾਰ ਜਵਾਬ ਤਾਂ ਦੇ, ਸਾਨੂੰ ਫੜਿਆ ਕਿਉਂ ਹੈ? ਕਿਹੜੇ ਕਾਨੂੰਨ 'ਚ ਫੜਿਆ? ਕਿਹੜਾ ਅਸੀਂ ਕ੍ਰਾਈਮ ਕੀਤਾ? ਕਿਹੜਾ ਕਿਸੇ ਨੂੰ ਤੰਗ ਕੀਤਾ? ਕਿਹੜਾ ਅਸੀਂ ਚਿੱਟਾ ਵੇਚਿਆ? ਕਿਹੜਾ ਅਸੀਂ ਗਰੀਬ ਨੂੰ ਤੰਗ ਕੀਤਾ? ਅਸੀਂ ਕੀਤਾ ਕੀ ਹੈ? ਸਾਨੂੰ ਫੜਿਆ ਕਿਉਂ ਹੈ? ਜਦੋਂ ਆਰਟੀਕਲ 14-19 ਦੇ ਬਰਾਬਰ ਅਸੀਂ ਸਾਰੇ ਬਰਾਬਰ ਹਾਂ, ਪ੍ਰਧਾਨ ਮੰਤਰੀ ਬਰਾਬਰ ਹੈ, ਅਤੇ ਜਦੋਂ ਸਾਡੀ ਗੱਲ ਪ੍ਰਧਾਨ ਮੰਤਰੀ ਸੁਣਦਾ ਨਹੀਂ, ਰਾਸ਼ਟਰਪਤੀ ਨਹੀਂ ਸੁਣਦਾ, ਕੋਈ ਚੀਫ ਮਿਨਿਸਟਰ ਨਹੀਂ ਸੁਣਦਾ, 92 MLA ਦਾ ਵੱਗ ਤੁਰਿਆ ਫਿਰਦਾ, ਸਾਡੀ ਗੱਲ ਹੀ ਨਹੀਂ ਸੁਣਦਾ, ਸਾਡੀ ਹਾਈਕੋਰਟ ਗੱਲ ਨਹੀਂ ਸੁਣਦੀ, ਨਾ ਨੈਸ਼ਨਲ ਹਿਊਮਨ ਰਾਈਟਸ ਗੱਲ ਸੁਣਦਾ, ਨਾ ਮਿਨੋਰਟੀ ਕਮਿਸ਼ਨ ਗੱਲ ਸੁਣਦਾ। ਅਤੇ ਗੱਲ ਤਾਂ ਇਹ ਸਿੱਧੀ ਜੀ ਸੀ ਕਿ ਅਸੀਂ ਭਾਈ ਅੰਮ੍ਰਿਤਪਾਲ ਸਿੰਘ ਅਤੇ ਉਹਦੇ ਸਾਥੀਆਂ ਨੂੰ ਡਿਬਰੂਗੜ੍ਹ ਜੇਲ੍ਹ 'ਚ ਭੇਜਣਾ, ਅਤੇ ਭਾਈ ਜਗਤਾਰ ਸਿੰਘ ਹਵਾਰਾ ਦੇ ਸਾਥੀਆਂ ਨੂੰ ਬੰਦੀ ਬਣਾ ਕੇ ਰੱਖਣਾ, ਜੋ ਸਾਡਾ ਹੱਕ ਹੈ। ਕਿਉਂ ਕੀਤਾ? ਉਸ ਸੰਬੰਧ ਦੇ ਵਿੱਚ ਤਲਵੰਡੀ ਸਾਬੋ ਤਖ਼ਤ ਸ੍ਰੀ ਦਮਦਮਾ ਸਾਹਿਬ ਜਿਹਨੂੰ ਗੁਰੂ ਕੀ ਕਾਂਸ਼ੀ ਹੈ ਜਿਹੜੀ, ਉੱਥੋਂ ਅੱਜ ਇੱਕ ਚੇਤਨਾ ਮਾਰਚ ਖਾਲਸਾ ਵਿਹੀਰ ਦੇ ਰੂਪ ਵਿੱਚ ਸ਼ਾਂਤਮਈ ਢੰਗ ਦੇ ਨਾਲ ਗੁਰੂ ਗ੍ਰੰਥ ਸਾਹਿਬ ਦੇ ਪੰਜ ਪਿਆਰਿਆਂ ਦੀ ਅਗਵਾਈ ਦੇ ਵਿੱਚ ਚੱਲਣਾ ਸੀ ਅਰਦਾਸ ਕਰਕੇ, ਅਤੇ ਫਿਰ ਉਸ ਤੋਂ ਬਾਅਦ ਅੰਮ੍ਰਿਤਪਾਲ ਦੀ ਮਾਤਾ ਨੂੰ ਫੜ ਲਿਆ ਗਿਆ, ਅਤੇ ਐਡਾ ਵੱਡਾ ਜਬਰ ਹੋ ਗਿਆ, ਅਤੇ ਸਾਡੇ ਘਰਾਂ 'ਤੇ ਵੀ ਛਾਪੇ ਆ। ਸੌਂਟੀ ਸਾਹਿਬ ਬੈਠੇ ਆ ਮੇਰੇ ਸੀਨੀਅਰ ਮੀਤ ਪ੍ਰਧਾਨ, ਹਾਂਜੀ, ਇਹਨਾਂ ਦੇ ਘਰ 'ਤੇ ਵੀ ਛਾਪਾ ਪੈ ਗਿਆ, ਅਤੇ ਇੱਧਰ ਵੀ ਛਾਪਾ ਪੈ ਗਿਆ। ਅਤਲਾ ਸਾਹਿਬ ਨੂੰ ਹਾਊਸ ਅਰੈਸਟ ਕਰ ਲਿਆ ਸਾਡੇ ਨੂੰ, ਉਦੋਂ ਬਾਅਦ ਚੀਮਾ ਸਾਹਿਬ 'ਤੇ ਵੀ ਘਰ 'ਤੇ ਛਾਪੇ ਆ, ਅਤੇ ਜੋਬਨਜੀਤ ਸਿੰਘ ਨੂੰ ਵੀ ਹਾਊਸ ਅਰੈਸਟ ਕਰ ਲਿਆ। ਉਸ ਤੋਂ ਬਾਅਦ ਸਾਡਾ ਜਿਹੜਾ ਲੌਂਗੋਵਾਲ ਸਾਹਿਬ ਆ ਉਹਦੇ 'ਤੇ ਵੀ ਛਾਪਾ, ਪ੍ਰਗਟ ਸਿੰਘ ਨੂੰ, ਜੋਬਨਜੀਤ, ਅਤੇ ਸਾਡਾ ਜਿਹੜਾ ਸੋਨੀ ਆ ਉੱਥੇ ਉਹਨੂੰ ਵੀ ਹਾਊਸ ਅਰੈਸਟ ਕਰ ਲਿਆ। ਮੈਂ ਕਿਸੇ ਤਰੀਕੇ ਪਰਮਾਤਮਾ ਦੀ ਕਿਰਪਾ ਨਾਲ ਉੱਥੇ ਪਹੁੰਚ ਗਿਆ ਸੀ। ਪਹੁੰਚ ਕੇ ਮੈਂ ਜਦੋਂ ਜਿਉਂ ਹੀ ਤਖ਼ਤ ਸ੍ਰੀ ਦਮਦਮਾ ਸਾਹਿਬ 'ਤੇ ਪਹੁੰਚਿਆ, ਅਤੇ ਪਹੁੰਚਣ ਦੀ ਖਬਰ ਕਿਤੇ ਭਿਣਕ ਪੈ ਗਈ, ਮੈਂ ਚੁੱਪ ਚੁਪੀ 417 ਨੰਬਰ ਕਮਰੇ ਦੇ ਵਿੱਚ, ਉਹਦੇ ਕੰਪਲੈਕਸ ਦੇ ਵਿੱਚ ਹੀ ਸੀ ਜੋ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਵਿੱਚ, ਹਥਰਾ ਦਫੜੀ ਪੈ ਗਈ। ਫਟਾਫਟ ਮੈਨੂੰ ਫੋਨ ਆਉਣੇ ਸ਼ੁਰੂ ਹੋ ਗਏ, ਕਿੱਥੇ ਹੋ, ਕਿਵੇਂ ਹੋ, ਪਰ ਉਹ ਹੈ ਤਾਂ ਸਾਰੇ ਅਧਿਕਾਰੀਆਂ ਦੇ ਸੀ, ਬਦਲ ਬਦਲ ਕੇ ਫੋਨ ਕਰਦੇ, ਕੀ ਪ੍ਰੋਗਰਾਮ ਹੈ, ਕੋਈ ਕਹਿੰਦਾ ਮੈਂ ਤੇਰੇ 'ਤੇ ਕਿਰਪਾਨ ਲੈ ਕੇ ਉਹਨੇ ਤੁਹਾਨੂੰ ਸਰੋਪਾ ਦੇਣਾ ਹੈ, ਕਿੰਨੇ ਵਜੇ ਕਿਵੇਂ ਚੱਲਣਾ ਹੈ। ਮੈਂ ਕਿਹਾ ਜੀ ਮੈਨੂੰ ਸਰੋਪਿਆਂ ਦੀ ਕੀ ਲੋੜ ਹੈ, ਕੋਈ ਗੱਲ ਨਹੀਂ, ਅਤੇ ਅਸੀਂ ਚੱਲਾਂਗੇ, ਅਤੇ ਮੈਂ ਦੱਸਿਆ ਨਹੀਂ ਵੀ ਮੈਂ ਕਿੱਥੇ ਹੀ ਹਾਂ ਸਾਰਾ ਕੁਛ। ਉਸ ਤੋਂ ਬਾਅਦ ਕੀ ਹੋ ਗਿਆ, ਅਤੇ ਇਹ ਸੰਬੰਧ ਦੇ ਵਿੱਚ, ਅਤੇ SGPC ਦੇ ਜਿਹੜਾ ਪ੍ਰਬੰਧ ਸੀ ਉਹਨੂੰ ਵੀ ਭਾਜਣਾ ਪੈ ਗਈਆਂ, ਵੀ ਜਸਕਰਨ ਸਿੰਘ, ਕਾਹਨ ਸਿੰਘ ਵਾਲਾ ਅਤੇ ਸਾਥੀ ਪਹੁੰਚ ਗਏ ਆ, ਅਤੇ ਤੜਕੇ 3 ਵਜੇ ਬਿਨਾਂ ਕਿਸੇ ਨੋਟਿਸ ਦਿੱਤਿਆਂ, ਬਿਨਾਂ ਕਿਸੇ ਗਾਊ, ਅਸੀਂ ਸੁੱਤੇ ਪਏ ਸੀ ਕਿਉਂਕਿ ਕਮਰੇ ਦਾ ਗੇਟ ਖੁੱਲ੍ਹਾ ਸੀਗਾ, ਅਤੇ ਅਸੀਂ ਇੰਨੇ ਥੱਕੇ ਹੋਏ ਸੀਗੇ, ਅਤੇ ਗੇਟ ਲਾਉਣਾ ਹੀ ਅਸੀਂ ਭੁੱਲ ਗਏ, ਅਤੇ ਗੇਟ ਤੋਂ ਆ ਕੇ ਸਾਡੇ ਮੋਬਾਈਲ ਚੱਕ ਲਏ ਜੀ, ਮੋਬਾਇਲ ਚੱਕ ਕੇ ਉਹ ਸਾਡੇ ਲਕੋਲੇ। ਉਸ ਤੋਂ ਬਾਅਦ ਫਿਰ ਸਾਨੂੰ ਪਤਾ ਕੀ ਕਹਿੰਦੇ, ਉੱਠੋ, ਅਸੀਂ ਕਦੋਂ ਉੱਠੇ ਵੀ ਫਟਾਫਟ ਕੀ ਹੈ, ਉੱਠੋ, ਅਤੇ ਸਾਨੂੰ ਆਖਿਆ ਕੌਣ ਆ, ਵੀ ਤੁਸੀਂ ਕੌਣ ਉਠਾਉਣ ਵਾਲੇ, ਤੁਸੀਂ ਕੌਣ? ਜਦੋਂ ਮੈਂ ਇੱਕ ਕਿਸੇ ਅਧਿਕਾਰੀ ਨੂੰ ਜਾਣਦਾ ਸੀਗਾ, ਅਤੇ ਕਹਿੰਦਾ ਜੀ ਤੁਹਾਨੂੰ ਅਸੀਂ ਗ੍ਰਿਫਤਾਰ ਕਰ ਲਿਆ, ਅਤੇ ਮੈਂ ਕਿਹਾ ਦੱਸੋ ਜੀ ਕੀ ਦਾ ਕਾਰਨ ਕੀ ਹੈ। ਗ੍ਰਿਫਤਾਰ ਕਰਕੇ
ਉਦੋਂ ਬਾਅਦ ਥੱਲੇ ਮੈਨੂੰ ਇੰਨਾ ਬੜਾ ਹੋਇਆ ਵੀ ਇਹ ਜਿਹੜਾ ਸਾਨੂੰ ਗ੍ਰਿਫਤਾਰ ਕਰਕੇ ਲਿਆਏ ਚਿੱਟ ਕੱਪੜੀਏ ਲਿਆਏ ਆ, ਕਿਸੇ ਦੇ ਵਰਦੀ ਨਹੀਂ ਪਾਈ ਸੀ। ਕਾਨੂੰਨ ਦੇ ਮੁਤਾਬਕ ਸਾਨੂੰ ਵੀ ਪਤਾ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚੋਂ ਜੇ ਸਾਨੂੰ ਕੋਈ ਚੱਕ ਕੇ ਮਾਰ ਦਿੰਦਾ, ਗੋਲੀਆਂ ਨਾਲ ਮਾਰ ਦਿੰਦਾ, ਤਾਂ ਫਿਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ ਉੱਥੇ ਮੁੱਖ ਪ੍ਰਬੰਧਕ ਦਾ ਪ੍ਰਬੰਧ ਕੀ ਹੋਇਆ? ਸਾਨੂੰ ਅੰਦਰ ਵੜੇ ਕਿਵੇਂ ਹੋ? ਉਹਨਾਂ ਨੂੰ ਪੁੱਛੋ ਵੀ ਜਦੋਂ ਫਰਜ਼ ਕਰੋ ਕੱਲ੍ਹ ਨੂੰ ਐਡਾ ਵੱਡਾ ਅਮਲਾ ਇੰਨੀਆਂ ਤਨਖਾਹਾਂ ਲੈਂਦੇ ਆ, ਜੇ ਫਰਜ਼ ਕਰੋ ਪੁਲਿਸ ਅੰਦਰ ਜਾਵੇ ਵੜ, ਤਾਂ ਫਿਰ ਕੀ ਹੋਊਗਾ? ਜਦੋਂ ਪੁਲਿਸ ਅੰਦਰ ਵੜ ਜਾਵੇ ਤਾਂ ਫਿਰ ਦੱਸੋ ਇਸ 'ਤੇ ਇਹਨਾਂ ਦੀ ਸਿਕਿਉਰਿਟੀ 'ਤੇ ਗੁਰਦੁਆਰੇ 'ਚ ਬਹੁਤ ਵੱਡੇ ਚਿੰਨ ਲਾ ਜਾਂਦੇ ਆ। ਫਿਰ ਮੈਂ ਹੁਣ ਪੁੱਛਣਾ ਚਾਹੁੰਦਾ, ਗ੍ਰਿਫਤਾਰ ਤਾਂ ਸਾਨੂੰ ਕਰ ਲਿਆ, ਫਿਰ ਮੈਨੂੰ ਦੱਸੋ ਇਹਨਾਂ ਨੇ ਕੀ ਮੁੱਖ ਪ੍ਰਬੰਧਕਾਂ ਤੋਂ ਇਜਾਜ਼ਤ ਲਈ ਸੀ? ਕੀ ਇਹਨਾਂ ਨੇ ਮੁੱਖ ਪ੍ਰਬੰਧਕਾਂ ਤੋਂ ਇਜਾਜ਼ਤ ਲਈ ਸੀ? ਜੇ ਇਜਾਜ਼ਤ ਲਈ ਸੀ ਤਾਂ ਕਿਉਂ ਦਿੱਤੀ? ਜੇ ਨਹੀਂ ਇਜਾਜ਼ਤ ਲਈ ਤਾਂ ਫਿਰ ਉਹ ਕਿਉਂ ਆਏ? ਕਾਰਨ ਕੀ ਆਏ? ਅੰਦਰ ਕਿਵੇਂ ਵੜ ਗਏ ਸਾਰੇ ਆ ਕੇ? ਇਸ ਕਰਕੇ ਉਹਦੇ ਬਾਰੇ ਵੀ ਚੁੱਪ ਚੁਪੀਤੇ ਰਹਿ ਜਾਣਾ, ਬੋਲਣਾ ਨਹੀਂ, ਇਹਦੇ ਪ੍ਰਸ਼ਨ ਚਿੰਨ ਕੀ ਹੈ? ਨਹੀਂ ਨਹੀਂ ਮੈਂ ਤੁਹਾਨੂੰ ਇਹ ਨਹੀਂ ਕਹਿੰਦਾ, ਅਸੀਂ ਤਾਂ ਕਹਿੰਦਾ ਚਿੰਨ ਲੱਗੀ ਕਿਉਂ ਅਸੀਂ ਫੜੇ ਗਏ? ਹੁਣ ਫਰਜ਼ ਕਰੋ ਕੱਲ੍ਹ ਨੂੰ ਸਾਡੇ ਘਰ ਦੇ ਵਿੱਚ ਆ ਕੇ ਵੜ ਜੇ ਕੋਈ ਬੇਮਤਲਬ ਆ, ਅਤੇ ਫਿਰ ਸਾਡੀ ਸਿਕਿਉਰਿਟੀ ਕੀ ਹੋਈ? ਅਤੇ ਫਿਰ ਪਰ ਥੱਲੇ ਅਮਲੇ ਨੇ ਪੁੱਛਿਆ ਕਸ ਨਹੀਂ, ਜਦੋਂ ਸਾਨੂੰ ਫੜ ਕੇ ਲਏ ਸਾਰਾ ਏਰੀਆ ਚਿੱਟ ਕੱਪੜੀਆਂ ਨਾਲ ਭਰਿਆ ਹੋਇਆ ਸੀ। ਅਤੇ ਫਿਰ ਮੈਨੂੰ ਇਹ ਦੱਸੋ, ਫਿਰ ਇਹਦੇ ਸੰਬੰਧ ਦੇ ਵਿੱਚ ਇਹਨਾਂ ਨੇ ਸੰਵਿਧਾਨ ਦੀ ਧਾਰਾ 14-19-21 ਦੀ ਉਲੰਘਣਾ ਕੀਤੀ? ਭਗਵੰਤ ਮਾਨ ਨੇ ਸਾਰਾ ਕੁਛ ਰਲ ਮਿਲ ਕੇ ਇਹ ਕੀਤਾ। ਅਸੀਂ ਇਹ ਕਹਿਣਾ ਵੀ ਇਹ ਜੇ ਜਿਹੜਾ ਸਾਨੂੰ ਫੜਿਆ, ਹੁਣ ਲੜਾਈ ਕੀ ਹੈ? ਦਿੱਲੀ ਦੇ ਤਖ਼ਤ ਵਾਲਿਆਂ ਨੇ ਅਤੇ ਤਖ਼ਤ ਸ੍ਰੀ ਦਮਦਮਾ ਨੂੰ ਚੈਲੰਜ ਕੀਤਾ, ਅੱਜ ਤਖ਼ਤ ਤੋਂ ਫੜ ਕੇ ਲਿਆਏ ਹਾਂ, ਇਹਦੇ ਬਾਰੇ ਇਹ ਸਾਰਾ ਕੁਛ ਹੋਣਾ ਚਾਹੀਦਾ। ਅਸੀਂ ਫਿਰ ਵੀ ਕਹਿੰਦੇ ਅਸੀਂ ਸ਼ਾਂਤੀ ਚਾਹੁੰਦੇ ਹਾਂ ਅਤੇ ਤੁਰੰਤ ਜਿਹੜੇ ਬੰਦੇ ਆ ਸਾਡੇ ਇਹ ਜੇਲ੍ਹਾਂ ਵਿੱਚੋਂ ਰਿਹਾਅ ਹੋਣੇ ਚਾਹੀਦੇ ਆ। ਖਾਲਸਾ ਵੀਰ ਦੁਆਰਾ ਫਿਰ ਕੱਢੋਗੇ ਜਦੋਂ ਰਿਹਾਅ? ਹਾਂ ਜੀ, ਜੇ ਕਿਉਂਕਿ ਉਹਨਾਂ ਦੇ ਪਰਿਵਾਰ ਦੇ ਮਗਰ ਅਸੀਂ ਸਪੋਰਟ ਆ, ਜੇ ਉਹ ਕੱਢਣਗੇ ਅਸੀਂ ਨਾਲ ਉਸੇ ਟਾਈਮ ਚੱਲਾਂਗੇ ਸਰ। ਚੱਲਾਂਗੇ, ਠੀਕ ਹੈ।